ਮਾਤਾ ਦੀ ਭਗਤੋ ਜੈ ਮਾਤਾ ਦੀ। ਅੱਜ ਮਾਤਾ ਦਾ ਪੰਜਵਾਂ ਨਰਾਤਰਾ। ਵੀਰ ਹਨੂੰਮਾਨ ਜੀ ਮੰਦਰ ਗਗਰੇਟ ਹਿਮਾਚਲ ਪ੍ਰਦੇਸ਼, ਅੱਜ ਸਾਡੀ ਟੀਮ ਇੱਥੇ ਕਵਰਿੰਗ ਕਰਨ ਲਈ ਪਹੁੰਚੀ ਆ ਅਤੇ ਦੇਖ ਰਹੇ ਹੋ ਅੱਜ ਅਸੀਂ ਵੀਰ ਹਨੂੰਮਾਨ ਜੀ ਮੰਦਰ ਦੇ ਵਿੱਚ ਬੈਠੇ ਹੋਏ ਹਾਂ ਅਤੇ ਸਾਡੇ ਨਾਲ ਪੰਡਿਤ ਜੀ ਇਸ ਟਾਈਮ ਬੈਠੇ ਨੇ, ਪੂਜਾ ਕਰ ਰਹੇ ਨੇ, ਜੁੜ ਚੁੱਕੇ ਨੇ। ਆਓ ਜੀ, ਕਰਦੇ ਹਾਂ ਇਹਨਾਂ ਨਾਲ ਗੱਲਬਾਤ ਜੀ। ਪੰਡਿਤ ਜੀ ਰਾਮ ਰਾਮ ਜੀ। ਰਾਮ ਰਾਮ ਜੀ। ਰਾਮ ਜੀ। ਪੰਡਿਤ ਜੀ, ਅੱਜ ਸਾਵਣ ਦੇ ਨਵਰਾਤਰੇ ਚੱਲ ਰਹੇ ਨੇ ਅਤੇ ਸਾਡੀਆਂ ਸੰਗਤਾਂ ਬਹੁਤ ਭਾਰੀ ਉਤਸਾਹ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਅਤੇ ਆ ਰਹੀਆਂ ਨੇ ਦਰਸ਼ਨ ਕਰਨ ਵਾਸਤੇ ਮਾਤਾ ਦੀ, ਅਤੇ ਕੀ ਕਹਿਣਾ ਚਾਹੋਗੇ ਤੁਸੀਂ ਸਾਡੀਆਂ ਸੰਗਤਾਂ ਬਾਰ? ਜੈ ਮਾਤਾ ਕੀ ਜੀ। ਸਾਵੀ ਸਾਥੀਓ ਕੋ ਜੈ ਮਾਤਾ ਕੀ। ਇਹ ਜਿਤਨੇ ਵੀ ਭਗਤ ਆਪਣੀ ਇੱਛਾ ਲੈ ਕੇ ਇੱਧਰ ਆਉਂਦੇ ਆ ਜੀ, ਇਹ ਜਿਤਨੇ ਵੀ ਤੁਰ ਕੇ ਆਉਂਦੇ ਜਾਂ ਫਿਰ ਬੱਸਾਂ 'ਤੇ ਚੜ੍ਹ ਕੇ ਆਉਂਦੇ ਆ, ਇਹ ਕਹਿੰਦੇ ਆ ਬਈ ਇਹ ਮਨ, ਜਿਤਨੇ ਵੀ ਯਾਤਰੀ ਹੈ, ਮਨ ਕੀ ਜੋ ਭਾਵਨਾ ਉਹਦੇ ਨਾਲ ਆਉਂਦੇ ਆ ਅਤੇ ਇੱਥੇ ਰਾਤ ਨੂੰ ਪੈਂਦੇ ਆ ਅਤੇ ਇੱਥੇ ਲੰਗਰ ਵੀ ਚਲਿਆ ਜਾਂਦਾ ਅਤੇ ਨਾਲ ਨਹਾਉਣ ਦਾ ਅਤੇ ਬਾਥਰੂਮ ਵਗੈਰਾ ਸਾਰਾ ਦਾ ਇੱਥੇ ਸਿਸਟਮ ਕੀਤਾ ਹੋਇਆ ਅਤੇ ਨਾਲ ਦੇ ਜਿਹੜੇ ਜ਼ਰੂਰਤਮੰਦ ਆਉਂਦੇ ਆ, ਜਿਸ ਨੂੰ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਹੈ, ਇੱਥੇ ਆਫਿਸ ਹੈ ਇਹਨਾਂ ਦਾ, ਚੈਰੀਟੇਬਲ ਜੇ ਵੀਰ ਹਨੂੰਮਾਨ ਬਜਰੰਗ ਜੋ ਇੱਛਾ ਪੂਰਨ ਦੇ ਇਹਨਾਂ ਦੇ ਜੋ ਟਰੱਸਟੀ ਹੈ, ਉਹਨਾਂ ਦੇ ਹਰੇਕ ਮਨ ਕੀ ਜੋ ਪੀੜਾ ਜਾਂ ਫਿਰ ਜੋ ਵੀ ਉਹਦੇ ਪੈਸੇ 'ਤੇ ਮੋਬਾਈਲ 'ਤੇ ਜਿਸ ਗੁੰਮ ਹੋ ਜਾਂਦਾ, ਉਸਕੇ ਇੱਥੇ ਪੂਰੀ ਸਹਾਇਤਾ ਕਰਦੇ ਆ। ਤਾਂ ਕਹਿੰਦੇ ਬਈ ਕਿਸੇ ਨੂੰ ਵੀ ਕਿਸੇ ਵੀ ਪ੍ਰਕਾਰ ਦੀ ਕਿਸੇ ਵੀ ਕੀ ਲੋੜ ਹੁੰਦੀ ਹੈ ਤਾਂ ਸਾਨੂੰ ਦੱਸੋ, ਅਸੀਂ ਪੂਰੀ ਕਰਾਂਗੇ ਉਹਨਾਂ ਨੂੰ। ਅਤੇ ਪੰਡਿਤ ਜੀ, ਤੁਹਾਨੂੰ ਇੱਥੇ ਆਇਆਂ ਨੂੰ ਕਿੰਨੇ ਦਿਨ ਹੋ ਗਏ ਜੀ? ਸਾਨੂੰ ਜੀ ਅੱਜ 5 ਦਿਨ ਹੋ ਗਏ ਅਤੇ ਮਾਤਾ ਦਾ ਜਿਵੇਂ ਪੂਜਾ ਕਰਾਉਂਦੇ ਹੈ, ਜਿਹਦੇ ਭੁਵਨੇਸ਼ਵਰੀ ਜੋ ਮਾਤਾ ਹੈ ਇੱਧਰ ਜੀ ਜੋ ਗੱਦੀ 'ਤੇ ਬੈਠੀ ਹੈ, ਉਹਨਾਂ ਨੂੰ ਇਹ ਪਾਠ ਸ਼ੁਰੂ ਕੀਤਾ ਸੀ। ਉਹ ਕਹਿੰਦੇ ਆ ਬਈ ਤੁਸੀਂ ਪੂਰੀ ਸ਼ਰਧਾ ਨਾਲ ਮਾਂ ਭਗਵਤੀ ਚਿੰਤਪੂਰਨੀ ਦਾ ਤਾਂ ਇਹ ਪਾਠ ਅਤੇ ਪੂਜਾ ਕਰਾਓ, ਤੋ ਨਾਲ ਜਿਹੜੇ ਟਰੱਸਟੀ ਹੈ ਉਹ ਵੀ ਸਾਥ ਵੀ ਦਿੰਦੇ ਹੈ। ਕਹਿੰਦੇ ਬਈ ਅਗਰ ਕੋਈ ਦਿੱਕਤ ਨਹੀਂ, ਤੁਸੀਂ ਜਿੰਨਾ ਖਰਚਾ ਪਾਓਗੇ ਅਸੀਂ ਲਾਵਾਂਗੇ, ਤੁਸੀਂ ਪੂਰੇ ਮਨ 'ਚ ਮਾਂ ਭਗਵਤੀ ਦਾ ਗੁਣਗਾਨ ਅਤੇ ਉਹਨਾਂ ਦੀ ਪੂਜਾ ਪਾਠ ਕਰੋ। ਪੰਡਿਤ ਜੀ, ਜਿਹੜੀ ਪੂਜਾ ਸਿਰਫ ਨਵਰਾਤਰੇ ਦੇ ਦਿਨਾਂ ਵਿੱਚ ਹੀ ਜਾਂ ਲਗਾਤਾਰ ਕੰਟੀਨਿਊ ਰਹੇਗੀ ਜੀ? ਇਹ ਹੁਣ ਤੋਂ ਜੀ ਨਵਰਾਤਰੇ 'ਤੇ ਚੱਲੂਗੀ। ਤੋ ਜਿਹੜੇ ਭਗਤ ਹੈ ਜਿਵੇਂ ਗੁਪਤ ਨਵਰਾਤਰੇ ਹੁੰਦੇ ਆ ਜਾਂ ਫਿਰ ਚੈਤ ਦੇ ਜੇ ਆਸੂ ਜੇ ਆਉਂਦੇ ਆ, ਉਹਨਾਂ ਦੇ ਕਰਾ ਸਕਦੇ ਆ। ਹਾਂਜੀ। ਅਤੇ ਪੰਡਿਤ ਜੀ, ਇਸ ਜਗ੍ਹਾ 'ਤੇ ਪ੍ਰਤੀ ਦਿਨ ਲੰਗਰ ਚੱਲਦਾ? ਹਾਂਜੀ। ਅਤੇ ਨਵਰਾਤਰਿਆਂ ਦੇ ਵਿੱਚ ਤਾਂ 24 ਘੰਟੇ ਲੰਗਰ ਚੱਲਦਾ ਹੀ ਚੱਲਦਾ, ਇਹਦੇ ਨਾਲ ਮਤਲਬ ਪ੍ਰਤੀ ਦਿਨ ਲੰਗਰ ਚੱਲਦਾ ਜੀ? ਹਾਂਜੀ। ਇਹ ਤੋਂ ਜੀ ਕਿਵੇਂ ਹਰ ਰੋਜ਼ ਚੱਲਦਾ ਹੈ ਜੀ, ਜਿਵੇਂ ਕੋਈ ਨਾ ਕੋਈ ਭਗਤ ਆ ਜਾਂਦਾ। ਇਹਦੇ ਪੰਡਿਤ ਜੀ ਰਹਿੰਦੇ ਆ, ਉਹ ਕਹਿੰਦੇ ਬਈ ਇਸਕਾ ਹਨੂੰਮਾਨ ਜੀ ਕਾ ਜੋ ਮੰਦਿਰ ਹੈ ਇਹ ਖੁੱਲ੍ਹਾ ਰਹਿੰਦਾ ਹੈ, ਜੋ ਭਗਤ ਪੂਜਾ ਪਾਠ ਕਰਦੇ ਰੱਖਦੇ ਆ ਤਾਂ ਨਾਲ ਦੇ ਨਾਲ ਫਿਰ ਲੰਗਰ ਵੀ ਛਕ ਲੈਂਦੇ ਆ ਜੀ। ਭਗਤੋ, ਸਾਰੀ ਭਗਤਾਂ ਨੂੰ ਦੇਖਣ ਵਾਲਿਆਂ ਨੂੰ ਮਾਤਾ ਜੀ ਦੇ ਨਵਰਾਤਰਿਆਂ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਜੈ ਮਾਤਾ ਦੀ।